ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ 26 ਸਤੰਬਰ ਨੂੰ ਹੋਈਆਂ ਕੁਝ ਇਤਿਹਾਸਿਕ ਘਟਨਾਵਾਂ ਬਾਰੇ 26 ਸਤੰਬਰ 1905 ਅਲਬਰਟ ਆਇਨਸਟਾਈਨ ਨੇ ਆਪਣੇ ਤੀਜੇ ਐਨਸ ਮਿਰਬਲਿਸ ਪੇਪਰ ਨੂੰ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਰੈਲੇਟਿਵਿਟੀ ਦੇ ਵਿਸ਼ੇ ਸਿਧਾਂਤ ਦੀ ਸ਼ੁਰੂਆਤ ਕੀਤੀ ਗਈ ਐਨਸ ਮਿਰਬਲਿਸ ਪੇਪਰ ਉਹ ਚਾਰ ਪੇਪਰ ਹਨ ਜੋ ਅਲਬਰਟ ਆਇਨਸਟਾਈਨ ਨੇ 1905 ਵਿੱਚ ਇੱਕ ਵਿਗਿਆਨਕ ਰਸਾਲੇ ਅਨਾਲਿਨ ਡੇਡ ਫਿਜ਼ਿਕ ਵਿਦ ਪ੍ਰਕਾਸ਼ਿਤ ਕੀਤੇ ਸਨ ਆਧੁਨਿਕ ਪੌਤਿਕ ਵਿਗਿਆਨ ਦੀ ਨੀਂਹ ਵਿੱਚ ਚਾਰ ਪੇਪਰਾਂ ਦਾ ਵੱਡਾ ਯੋਗਦਾਨ ਸੀ ਉਨਾਨ ਸਪੇਸ ਟਾਈਮ ਮਾਸ ਅਤੇ ਊਰਜਾ ਦੀ ਬੁਨਿਆਦੀ ਧਾਰਨਾਵਾਂ ਦੀ ਵਿਗਿਆਨ ਦੀ ਸਮਝ ਵਿੱਚ ਕ੍ਰਾਂਤੀ ਲਿਆ ਦਿੱਤੀ ਕਿਉਂਕਿ ਆਇਨਸਟਾਈਨ ਨੇ ਇਹ ਕਮਾਲ ਦੇ ਕਾਗਜ਼ਾ ਨੂੰ 1 ਸਾਲ ਵਿੱਚ ਪ੍ਰਕਾਸ਼ਿਤ ਕੀਤਾ ਇਸ ਲਈ 1905 ਨੂੰ ਉਸ ਦਾ ਐਂਸ ਮੈਰਾਬਿਲੇਸ ਜਾਗਰੇਟਜੀ ਵਿੱਚ ਚਮਤਕਾਰ ਸਾਲ ਜਾਂ ਜਰਮਨ ਵਿੱਚ ਵੰਡਰਜਾਹਰ ਕਿਹਾ ਜਾਂਦਾ ਹੈ 26 ਸਤੰਬਰ 1907 1907 ਦੀ ਇੰਪੀਰੀਅਲ ਕਾਨਫਰੰਸ ਤੋਂ 4 ਮਹੀਨੇ ਬਾਅਦ ਨਿਊਜ਼ੀਲੈਂਡ ਅਤੇ ਨਿਊ ਫਾਉਂਡਲੈਂਡ ਨੂੰ ਬ੍ਰਿਟਿਸ਼ ਸਾਮਰਾਜ ਦੇ ਅੰਦਰ ਕਲੋਨੀਆ ਤੋਂ ਸਾਸ਼ਨ ਲਈ ਅੱਗੇ ਵਧਾਇਆ ਗਿਆ। 26 ਸਤੰਬਰ 1910 ਭਾਰਤੀ ਪੱਤਰਕਾਰ ਸਬਦੇਸ਼ ਭਿਮਾਨੀ ਰਾਮਕ੍ਰਿਸ਼ਨ ਪੇਲਾਈ ਨੂੰ ਤਰਵੰਕੋਰ ਦੀ ਸਰਕਾਰ ਦੀ ਆਲੋਚਨਾ ਪ੍ਰਕਾਸ਼ਿਤ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਦੇਸ਼ ਨਿਕਾਲਾ ਦਿੱਤਾ ਗਿਆ। 26 ਸਤੰਬਰ 1914 ਸੰਯੁਕਤ ਤਰਾਜ਼ ਫੈਡਰਲ ਟ੍ਰੇਡ ਕਮਿਸ਼ਨ ਦੀ ਸਥਾਪਨਾ ਫੈਡਰਲ ਟ੍ਰੇਡ ਕਮਿਸ਼ਨ ਐਕਟ ਦੁਆਰਾ ਕੀਤੀ ਗਈ। 26 ਸਤੰਬਰ 1917 ਪਹਿਲੇ ਵਿਸ਼ਵ ਯੁੱਧ ਦੌਰਾਨ ਪੋਲੀਗਨ ਬੁਰਦ ਦੀ ਲੜਾਈ ਸ਼ੁਰੂ ਹੋਈ ਪੋਲੀਗਨ ਬੁਰਦ ਦੀ ਲੜਾਈ 26 ਸਤੰਬਰ ਤੋਂ 3 ਅਕਤੂਬਰ 1917 ਤੱਕ ਪਹਿਲੇ ਵਿਸ਼ਵ ਯੰਗ ਵਿੱਚ ਯਪਰੇਸ ਦੀ ਤੀਜੀ ਲੜਾਈ ਦੇ ਦੂਜੇ ਪੜਾਅ ਦੌਰਾਨ ਹੋਈ ਇਹ ਲੜਾਈ ਬੈਲਜੀਅਮ ਵਿੱਚ ਯਪਰੇਸ ਦੇ ਨੇੜੇ ਮੈਨਨ ਰੋਡ ਤੋਂ ਪੋਲੀਗਨ ਵੁੱਡ ਅਤੇ ਉੱਥੋਂ ਉੱਤਰ ਵੱਲ ਸੇਂਟ ਜੂਲੀਅਨ ਤੋਂ ਪਾਰ ਦੇ ਖੇਤਰ ਵਿੱਚ ਲੜੀ ਗਈ ਸੀ 16 ਜੁਲਾਈ ਤੋਂ ਦੋਵਾਂ ਪਾਸਿਆਂ ਤੋਂ ਭਾਰੀ ਮਾਤਰਾ ਵਿੱਚ ਗੋਲੀਬਾਰੀ ਨਾਲ ਜੰਗਲ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਗਿਆ ਸੀ 20 ਨਵੰਬਰ 1918 ਪਹਿਲੇ ਵਿਸ਼ਵ ਯੁੱਧ ਦੌਰਾਨ ਮਿਊਜ਼ ਆਰਗੋਨ ਨੇ ਹਮਲਾ ਸ਼ੁਰੂ ਹੋਇਆ ਜੋ ਜਰਮਨ ਫੌਜਾਂ ਦੇ ਸਮੁੱਚੇ ਸਮਰਪਣ ਤੱਕ ਚੱਲੇ ਗਿਆ ਮਿਊਜ਼ ਆਰਗੋਨ ਆਫੈਂਸਿਵ ਪਹਿਲੇ ਵਿਸ਼ਵ ਯੁੱਧ ਦੇ ਅੰਤਮ ਸਹਿਯੋਗੀ ਹਮਲੇ ਦਾ ਇੱਕ ਵੱਡਾ ਹਿੱਸਾ ਸੀ ਜੋ ਪੂਰੇ ਪੱਛਮੀ ਮੋਰਚੇ ਦੇ ਨਾਲ ਫੈਲਿਆ ਹੋਇਆ ਸੀ ਇਹ 26 ਨਵੰਬਰ 1918 ਤੋਂ 11 ਨਵੰਬਰ 1918 ਦੇ ਆਰਮਿਸ 27 ਤੱਕ ਕੁੱਲ 47 ਦਿਨ ਲੜਿਆ ਗਿਆ ਸੀ ਮਿਊਜ਼ ਆਰਗਨ ਹਮਲਾ ਸੰਯੁਕਤ ਰਾਜ ਦੇ ਫੌਜੀ ਇਤਿਹਾਸ ਵਿੱਚ ਸਭ ਤੋਂ ਵੱਡਾ ਸੀ ਜਿਸ ਵਿੱਚ 1.2 ਮਿਲੀਅਨ ਅਮਰੀਕੀ ਸੈਨਿਕ ਸ਼ਾਮਲ ਸਨ ਇਹ ਸੰਯੁਕਤ ਰਾਜ ਦੇ ਫੌਜ ਦੇ ਇਤਿਹਾਸ ਦੀ ਸਭ ਤੋਂ ਘਾਤਕ ਲੜਾਈ ਵੀ ਹੈ ਜਿਸ ਦੇ ਨਤੀਜੇ ਵਜੋਂ 3.5 ਲੱਖ ਤੋਂ ਵੱਧ ਮੌਤਾਂ ਹੋਈਆਂ ਜਿਸ ਵਿੱਚ 28000 ਜਰਮਨ ਜਾਨਾਂ 26270 ਅਮਰੀਕੀ ਜਾਨਾਂ ਅਤੇ ਫ੍ਰੈਂਚ ਜਾਨਾਂ ਦੀ ਅਣਜਾਣ ਗਿਣਤੀ ਸ਼ਾਮਲ ਹੈ ਬਹੁਤ ਸਾਰੇ ਸੈਨਿਕਾਂ ਦੀ ਤਿਆਰਬੇਕਰਤਾ ਆਪਰੇਸ਼ਨ ਦੇ ਸ਼ੁਰੂਆਤੀ ਦੀ ਪੜਾਵਾਂ ਦੌਰਾਨ ਵਰਤੀਆਂ ਗਈਆਂ ਰਣਨੀਤੀਆਂ ਅਤੇ ਸਪੈਨਿਸ਼ ਫਲੂ ਨਾਮਕ ਗਲੋਬਲ ਫਲੂ ਦੇ ਪ੍ਰਕੋਪ ਦੀ ਵਿਆਪਕ ਸ਼ੁਰੂਆਤ ਕਾਰਨ ਅਮਰੀਕੀ ਨੁਕਸਾਨ ਹੋਰ ਵੀ ਵਿਗੜ ਗਿਆ ਸੀ 26 ਸਤੰਬਰ 1923 ਜਰਮਨ ਸਰਕਾਰ ਨੇ ਰੂਹਰ ਦੇ ਕਬਜ਼ੇ ਨੂੰ ਸਵੀਕਾਰ ਕੀਤਾ ਰੂਹਰ ਦਾ ਕਬਜ਼ਾ 11 ਜਨਵਰੀ 1923 ਅਤੇ 25 ਅਗਸਤ 1925 ਦੇ ਵਿਚਕਾਰ ਫਰਾਂਸ ਅਤੇ ਬੈਲਜੀਅਮ ਦੁਆਰਾ ਜਰਮਨੀ ਦੇ ਰੂਹਰ ਖੇਤਰ ਉੱਤੇ ਫੌਜੀ ਕਬਜ਼ੇ ਦਾ ਸਮਾਂ ਸੀ 26 ਸਤੰਬਰ 1933 ਜਿਵੇਂ ਹੀ ਗੈਂਗਸਟਰ ਮਸ਼ੀਨ ਗਨ ਕੇਲੀ ਨੇ FBI ਅੱਗੇ ਆਤਮ ਸਪਰਪਨ ਕੀਤਾ ਉਹ ਚਿਕਨ ਲੱਗਾ ਸ਼ੂਟ ਨਾ ਕਰੋ ਜੀਮੈਨ ਜੋ ਕਿ FBI ਏਜੰਟਾਂ ਲਈ ਨਿਕਨੇਮ ਬਣ ਗਿਆ 26 ਸਤੰਬਰ 1942 ਸੀਨੀਅਰ ਐਸਐਸ ਅਧਿਕਾਰੀ ਅਗਸਟ ਫ੍ਰੈਂਕ ਨੇ ਇੱਕ ਮੈਮੋਰੈਂਡਮ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਯੋਧੀਆਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ 26 ਸਤੰਬਰ 1950 ਕੋਰੀਆਈ ਯੁੱਧ ਸੰਯੁਕਤ ਰਾਸ਼ਟਰ ਦੀਆਂ ਫੌਜਾਂ ਨੇ ਉਤਰੀ ਕੋਰੀਆ ਦੀਆਂ ਫੌਜਾਂ ਤੋਂ ਸਿਓਲ ਨੂੰ ਮੋੜ ਹਾਸਲ ਕੀਤਾ 26 ਸਤੰਬਰ 1953 ਯੂਨਾਈਟਿਡ ਕਿੰਗਡਮ ਵਿੱਚ ਖੰਡ ਦੀ ਰਾਸ਼ਨੀਂ ਖਤਮ ਹੋਈ 26 ਸਤੰਬਰ 1960 ਸ਼ਿਕਾਗੋ ਵਿੱਚ ਪਹਿਲੀ ਟੈਲੀਵਿਜ਼ਨ ਬੈਸ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਰਿਚਰਡ ਐਮ ਨਿਕਸਨ ਅਤੇ ਜੌਨ ਐਫ ਕਨੇਡੀ ਵਿਚਾਰ ਹੋਈ 26 ਸਤੰਬਰ 1980 ਮਿਊਨਿਕ ਵਿੱਚ ਅਕਟੋਬਰ ਫੈਸਟ ਅਤਵਾਦੀ ਹਮਲੇ ਵਿੱਚ 13 ਲੋਕ ਮਾਰੇ ਗਏ ਅਤੇ 211 ਜ਼ਖਮੀ ਹੋਏ 26 ਸਤੰਬਰ 1984 ਯੁਨਾਈਟਿਡ ਕਿੰਗਡਮ ਅਤੇ ਚੀਨ UNSC 97 ਵਿੱਚ ਹੋਣ ਵਾਲੀ ਹਾਂਗਕਾਂਗ ਉੱਤੇ ਪ੍ਰਭੂਸੱਤਾ ਦੇ ਤਬਾਦਲੇ ਲਈ ਸਹਿਮਤ ਹੋਏ। ਹਾਂਗਕਾਂਗ ਦਾ ਸਪੁਰਦਗੀ ਜਿਸ ਨੂੰ ਘਰੇਲੂ ਤੌਰ ਉੱਤੇ ਹਾਂਗਕਾਂਗ ਉੱਤੇ ਪ੍ਰਭੂਸੱਤਾ ਦੇ ਤਬਾਦਲੇ ਵਜੋਂ ਜਾਣਿਆ ਜਾਂਦਾ ਹੈ, 1 ਜੁਲਾਈ 1997 ਦੀ ਅੱਧੀ ਰਾਤ ਨੂੰ ਯੁਨਾਈਟਿਡ ਕਿੰਗਡਮ ਤੋਂ ਪੀਪਲਸ ਰਿਪਬਲਿਕ ਆਫ ਚਾਈਨਾ ਨੂੰ ਹਾਂਗਕਾਂਗ ਦੀ ਉਸ ਸਮੇਂ ਦੀ ਵਸਤੀ ਦੇ ਖੇਤਰ ਉਤੇ ਅਧਿਕਾਰ ਦਾ ਰਸਮੀ ਪਾਸ ਹੋਣਾ ਸੀ। ਘਟਨਾ ਨੇ ਸਾਬਕਾ ਵਸਤੀ ਵਿੱਚ ਬ੍ਰਿਟਿਸ਼ ਸ਼ਾਸਨ ਦੇ 156 ਸਾਲਾਂ ਦਾ ਅੰਤ ਕੀਤਾ। 26 ਨਵੰਬਰ 2010 ਪ੍ਰਾਗ ਵਿੱਚ ਵਿਸ਼ਵਿਕਰਣ ਵਿਰੋਧੀ ਵਿਰੋਧ ਪ੍ਰਦਰਸ਼ਨ IMF ਅਤੇ ਵਿਸ਼ ਬੈਂਕ ਦੇ ਸੰਮੇਲਨ ਦੌਰਾਨ ਹਿੰਸਕ ਹੋ ਗਏ 26 ਨਵੰਬਰ 2014 ਇਕਵਾਲਾ ਮੈਕਸੀਕੋ ਵਿੱਚ ਮਾਸ ਕਿਡਨਾਪਿੰਗ ਹੋਈ 26 ਸਤੰਬਰ 2014 ਨੂੰ ਅਯੋਥੀਨਾਪਾ ਰੂਰਲ ਟੀਚਰ ਕਾਲਜ ਦੇ 43 ਪੁਰਸ਼ ਵਿਦਿਆਰਥੀਆਂ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਅਤੇ ਫਿਰ ਇਗਵਾਲਾ ਗੁਆਰੇਰੋ ਮੈਕਸੀਕੋ ਵਿੱਚ ਗਾਇਬ ਕਰ ਦਿੱਤਾ ਗਿਆ। ਉਨ੍ਹਾਂ ਨੂੰ ਕਥਿਤ ਤੌਰ ਤੇ ਸੰਗਠਿਤ ਅਪਰਾਧ ਦੀ ਮਿਲੀਭੁਗਤ ਨਾਲ ਇਗਵਾਲਾ ਅਤੇ ਕੋਕੂਲਾ ਤੋਂ ਸਥਾਨਕ ਪੁਲਿਸ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਸੀ। ਸਮੂਹਿਕ ਅਗਵਾ ਕਾਰਨ ਲਗਾਤਾਰ ਅੰਤਰਰਾਸ਼ਟਰੀ ਵਿਰੋਧ ਅਤੇ ਸਮਾਜਿਕ ਸ਼ਾਂਤੀ ਪੈਦਾ ਹੋ ਗਈ ਸੀ ਜਿਸ ਕਾਰਨ 3 ਅਕਤੂਬਰ 2014 ਨੂੰ ਰਾਜ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਗੁਆਰੇਰੋ ਦੇ ਗਵਰਨਰ ਐਂਜਲ ਐਗੁਏਰੇ ਰਿਵੇਰੋ ਨੇ ਅਸਤੀਫਾ ਦੇ ਦਿੱਤਾ।